ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆ ਜੀ ਐਨਐਚਐਮ ਰਿਕਰੂਟਮੈਂਟ ਦੇ ਤਹਿਤ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਨਵੀਆਂ ਪੋਸਟਾਂ ਦੇ ਨੋਟੀਫਿਕੇਸ਼ਨ ਦੀ ਜਾਣਕਾਰੀ ਅੱਜ ਹੀ ਹੋਇਆ ਇਹ ਨੋਟੀਫਿਕੇਸ਼ਨ ਆਊਟ ਸੋ ਇਹਨਾਂ ਪੋਸਟਾਂ ਦੇ ਲਈ ਸੈਲਰੀ ਤੁਹਾਡੀ ਰਹਿਣ ਵਾਲੀ ਆ 45000 ਰੁਪਏ ਸੋ ਮੇਲ ਐਂਡ ਫੀਮੇਲ ਦੋਵੇਂ ਕਰ ਸਕਦੇ ਆ ਅਪਲਾਈ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਵਾਂਗੇ ਉਸ ਤੋਂ ਪਹਿਲਾਂ ਰਿਕਵੈਸਟ ਆ ਜਿਹੜੇ ਸਟੂਡੈਂਟ ਆ ਤੇ ਭੈਣ ਭਰਾ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬੇ ਬਿਨਾ ਨਾ ਜਾਇਓ ਤਾਂ ਕਿ ਤੁਸੀਂ ਆਉਣ ਵਾਲੀ ਕੋਈ ਵੀ ਵੀਡੀਓ ਮਿਸ ਨਾ ਕਰੋ ਸੋ ਜਿਆਦਾ ਟਾਈਮ ਤੁਹਾਡਾ ਵੇਸਟ ਨਾ ਕਰਦੇ ਹੋਏ ਲੈ ਕੇ ਚੱਲਦੇ ਹਾਂ ਸਿੱਧਾ ਤੁਹਾਨੂੰ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਅਤੇ ਦਿੰਨੇ ਆ ਕੰਪਲੀਟ ਜਾਣਕਾਰੀ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਗਏ ਆ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਨੈਸ਼ਨਲ ਹੈਲਥ ਮਿਸ਼ਨ ਚੰਡੀਗੜ੍ਹ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਚੰਡੀਗੜ੍ਹ ਦੇ ਵੱਲੋਂ ਸੋ ਨੰਬਰ 1 ਤੇ ਜਿਹੜੀਆਂ ਪੋਸਟਾਂ ਨੇ ਤੁਸੀਂ ਦੇਖ ਸਕਦੇ ਹੋ ਮੈਡੀਕਲ ਆਫੀਸਰ ਦੀਆਂ ਪੋਸਟਾਂ ਨੇ ਜੀ ਠੀਕ ਹੈ 13 ਟੋਟਲ ਪੋਸਟਾਂ ਨੇ 9 ਜਨਰਲ ਆ 1 ਐਸਸੀ ਆ ਤੇ 3 OBC ਦੀਆਂ ਪੋਸਟਾਂ ਨੇ ਜੀ ਐਸੈਂਸ਼ੀਅਲ ਕੁਆਲੀਫਿਕੇਸ਼ਨ ਇਹਨਾਂ ਨੇ ਕੀ ਮੰਗੀ ਆ ਐਮਬੀਬੀਐਸ ਡਿਗਰੀ ਫਰੋਮ ਰਿਕੋਗਨਾਈਜ਼ ਯੂਨੀਵਰਸਿਟੀ ਵਿਦ 1 ਇਅਰ ਕੰਪਲਸਰੀ ਰੋਟੇਟਰੀ ਇੰਟਰਨਸ਼ਿਪ ਸ਼ੁੱਡ ਬੀ ਰਜਿਸਟਰਡ ਵਿਦ ਸਟੇਟ ਮੈਡੀਕਲ ਕਾਉਂਸਲ ਔਰ ਵਿਦ ਮੈਡੀਕਲ ਕਾਉਂਸਲ ਆਫ ਇੰਡੀਆ ਨਿਊ ਡੈਲੀ ਠੀਕ ਹੈ ਜੀ 1 ਆਵਰਸ ਜੌਬ ਇਨ ਐਨੀ ਡਿਪਾਰਟਮੈਂਟ 1 ਹਾਊਸ ਸੌਰੀ ਵਨ ਹਾਊਸ ਜੌਬ 6 ਮੰਥਸ ਇਨ ਐਨੀ ਡਿਪਾਰਟਮੈਂਟ ਐਂਡ ਨਾਲ ਇਹਨਾਂ ਨੇ ਟ੍ਰਿਪਲ ਸੀ ਪਲੱਸ ਕੋਰਸਸ ਔਨ ਕੰਪਿਊਟਰ ਕਨਸੈਪਟਸ ਪਲੱਸ ਇੱਕ ਜਾਂ 120 ਘੰਟੇ ਵਾਲਾ ਵੀ ਚੱਲ ਜੂਗਾ ਸੋ ਸੈਲਰੀ 45000 ਰੁਪਏ ਤੁਹਾਡੀ ਰਹਿਣ ਵਾਲੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਜਿਹੜੀ ਸੈਲਰੀ ਹੈ ਉਹ 45000 ਰਹੇਗੀ ਤੇ ਦਾ ਡਿਜ਼ਾਇਰਸ ਕੈਂਡੀਡੇਟਸ ਫ্রম ਜਰਨਲ ਐਸ ਸੀ ਓ ਬੀ ਸੀ ਕੈਟਾਗਰੀਜ਼ ਹੂ ਫਿਲ ਫਿਲ ਦਾ ਐਲੀਜੀਬਲ ਕ੍ਰਾਈਟੇਰੀਆ ਐਸ ਪਰ ਦਾ ਐਡਵਰਟਾਈਜ਼ਮੈਂਟ ਕੈਨ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਸੋ ਵਾਕ ਇਨ ਇੰਟਰਵਿਊ ਰੱਖੀ ਗਈ ਹੈ ਜੀ 3 11 2022 ਨੂੰ ਸਵੇਰੇ 9:30 ਵਜੇ ਠੀਕ ਹੈ ਜੀ ਸੋ ਆਫਿਸ ਆਫ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ फोर्थ फ्लोर ਐਡਮਿਨਿਸਟ੍ਰੇਟਿਵ ਬਲੋਕ گورਨਮੈਂਟ ਮਲਟੀ ਸਪੈਸ਼ਲਿਸਟੀ ਹਸਪੀਟਲ ਸੈਕਟਰ 16 ਚੰਡੀਗੜ੍ਹ ਵਿਖੇ ਜਿਹੜੀ ਵਾਕ ਇਨ ਇੰਟਰਵਿਊ ਆ ਉਹ ਰੱਖੀ ਗਈ ਆ ਠੀਕ ਹੈ ਜੀ ਸੋ ਜਿਹੜੇ ਐਲੀਜੀਬਲ ਕੈਂਡੀਡੇਟ ਆ ਜਿਹੜੇ ਇਹ ਕ੍ਰਾਈਟੇਰੀਆ ਪੂਰਾ ਕਰਦੇ ਆ ਉਹ ਵਾਕ ਇਨ ਇੰਟਰਵਿਊ ਤੇ ਜਾ ਕੇ ਆਪਦੀ ਇੰਟਰਵਿਊ ਦੇ ਸਕਦੇ ਆ ਨਾਲ ਤੁਸੀਂ ਡਾਕੂਮੈਂਟ ਲੈ ਕੇ ਜਾਣੇ ਹੋਣਗੇ origignal cv ਤੇ ਆਪਦੇ ਜਿਹੜੇ origignal ਡਾਕੂਮੈਂਟਸ ਨੇ ਤੇ ਉਹਨਾਂ ਦੀ ਇੱਕ ਇੱਕ ਫੋਟੋ ਕਾਪੀ ਦਾ ਸੈੱਟ ਲੈ ਜਿਓ ਠੀਕ ਹੈ ਜੀ ਸੋ ਉਮੀਦ ਕਰਦੇ ਆ ਅੱਜ ਦੀ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਗੀ ਇਸੇ ਤਰ੍ਹਾਂ ਮੈਡੀਕਲ ਨਰਸਿੰਗ ਫੀਲਡ ਨਾਲ ਜੁੜੀ ਹਰ ਇੱਕ ਤਾਜ਼ਾ ਅਪਡੇਟ ਪ੍ਰਾਪਤ ਕਰਨ ਦੇ ਲਈ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਸਟੱਡੀ ਐਂਡ ਕੈਰੀਅਰ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਕਿਸੇ ਨਵੀਂ ਅਤੇ ਤਾਜੀ ਅਪਡੇਟ ਦੇ ਨਾਲ ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ